ਅਸਲਾਮੁ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਦੇਖ ਲੋ ਪਾਕ ਪਤਨ ਐਨੀਮਲਸ ਟੀਵੀ ਤੇ ਮੈਂ ਤੁਹਾਡਾ ਵੀਰ ਮੁਹੰਮਦ ਰਿਆਜ਼। ਮਾਸ਼ਾਅੱਲਾ ਜਨਾਬ, ਜਿਵੇਂ ਕਿ ਬ੍ਰਾਹਮਣ ਨੂੰ ਪਤਾ ਹੈ ਪਾਕ ਪਤਨ ਐਨੀਮਲਸ ਟੀਵੀ ਕੰਮ ਖਰਾ ਕਰਦਾ ਔਰ ਨੀਲੀ ਤੇ ਕਰਦਾ। ਅੱਜ ਮੇਰੇ ਕੋਲ ਜਨਾਬ ਸਾਡੇ ਬੜੇ ਪਿਆਰੇ ਭਾਈ, ਸਾਡੇ ਦੋਸਤ, ਸਾਡੇ ਸਬਸਕ੍ਰਾਈਬਰ ਹਨ ਔਰ ਸਾਡੇ ਮਹਿਮਾਨ ਵੀ ਹਨ। ਬੜੀ ਦੂਰੋਂ ਤਸ਼ਰੀਫ ਲੈ ਆਏ ਜਨਾਬ, ਕਰਾਚੀ ਤੋਂ ਰਾਣਾ ਸਾਹਿਬ ਜਨਾਬ ਕਰਾਚੀ ਤੋਂ ਤਸ਼ਰੀਫ ਲੈ ਆਏ ਤੇ ਜਨਾਬ ਤਿੰਨ ਮੱਝਾਂ ਉਹਨਾਂ ਲਈਆਂ। ਇਹ ਮੱਝਾਂ ਵੀ ਸ਼ਮਾਦ ਭਾਈ ਵਿਖਾ ਰਹੀ ਹੋਵੇਗਾ, ਇਹ ਮਿੰਨੀ ਦੀ ਵੀ ਵੀਡੀਓ ਲੱਗੀ ਹੈ, ਉਸ ਮੱਝ ਦੀ ਵੀ ਲੱਗੀ ਹੈ, ਇਸ ਮੱਝ ਦੀ ਲੱਗੀ ਨਹੀਂ ਵੀਡੀਓ। ਤਿੰਨ ਮੱਝਾਂ ਮਾਸ਼ਾਅੱਲਾ ਇਹਨਾਂ ਲਈਆਂ, ਕਰਾਚੀ ਜਾ ਰਹੀਆਂ। ਸਾਰੀ ਗੱਲਬਾਤ ਰਾਣੇ ਸਾਹਿਬ ਦੀ ਜ਼ਬਾਨੀ ਤੇ ਤੁਹਾਨੂੰ ਸੁਣਾਵਾਂਗੇ ਕਿ ਉਹਨਾਂ ਦੀ ਕਦਰ ਹੋਈ ਹੈ, ਕਿਹੜੀ ਸ਼ੈ ਵਿਖਾਈ ਹੈ ਪੰਜਾਬ ਵਾਲਿਆਂ, ਉਹ ਹੀ ਵਿਖਾਈ ਹੈ ਜਿਹੜੀ ਉਹ ਹੀ ਦਿੱਤੀ ਹੈ ਤੇ ਕਦਰ ਦੀ ਲਿਆਜ਼ ਵੀ ਹੋਈ ਹੈ। ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ। ਰਾਣਾ ਸਾਹਿਬ ਕੀ ਹਾਲ ਹੈ? ਅਲਹਮਦੁਲਿਲਾ, ਅੱਲਾਹ ਕਾ ਬੜਾ ਕਰਮ ਹੈ, ਸ਼ੁਕਰ ਅੱਲਾਹ। ਇਧਰ ਆਪਨੇ ਬਤਾਨਾ ਹੈ ਕਿਧਰ ਸੇ ਆਏ? ਅਸਲਾਮ ਅਲੈਕੁਮ, ਮੈਂ ਕਰਾਚੀ ਮਲੀ ਸਟੈਂਡ ਸੇ ਆਇਆ ਹੂੰ। ਯਹਾਂ ਪੇ ਮੇਰੇ ਕੋ ਬਹੁਤ ਇੱਜ਼ਤ ਮਿਲੀ ਹੈ ਔਰ ਮੈਨੇ ਯਹਾਂ ਤੀਨ ਭੈਂਸੇ ਖਰੀਦੀ ਹੈ ਔਰ ਰੇਟ ਵੀ ਅੱਛਾ ਹੈ ਔਰ ਦੁੱਧ ਵੀ ਅੱਛਾ ਹੈ, ਨਸਲ ਵੀ ਅੱਛੀ ਹੈ। ਇਨਸ਼ਾਅੱਲਾ ਅੱਲਾਹ ਇਨਕੋ ਵੀ ਕਾਮਯਾਬੀ ਦੇ ਔਰ ਹਮਾਰੇ ਕੋ ਵੀ ਕਾਮਯਾਬੀ ਦੇ ਜੀ। ਆਪਕੇ ਨਸੀਬ ਆਪਕੇ ਸਾਥ ਜੋ ਰੇਟ ਹੁਆ ਤੋ ਉਸੇ ਮੁਹੱਬਤ ਹੋਈ ਹੈ? ਬਿਲਕੁਲ ਮੁਹੱਬਤ ਹੋਈ ਹੈ ਮੇਰੇ ਸਾਥ। ਜੋ ਚੀਜ਼ ਜੋ ਬੈਸ ਦਿਖਾਈ ਹੈ ਕੱਲ ਜੋ ਰੇਟ ਬਤਾਇਆ ਉਸੇ ਮੁਝੇ ਕਮ ਸੇ ਕਮ 2 ਲੱਖ ਰੁਪਏ ਮੁਝੇ ਕਮ ਮਿਲਾ ਹੈ। ਹਾਂਜੀ, ਬਤਾਏ ਜੋ ਪੈਸੇ ਦਿਖਾਈ ਕਦ ਛੋਟਾ ਬੜਾ? ਨਹੀਂ, ਕੋਈ ਕਦ ਛੋਟਾ ਬੜਾ ਨਹੀਂ ਹੈ, ਜੋ ਪੈਸੇ ਦਿਖਾਈ ਹੈ ਮੈਂ ਮੇਰੇ ਕੋ ਵਹੀ ਮਿਲੀ ਹੈ। ਇਨਕੀ ਬੜੀ ਮਿਹਰਬਾਨੀ ਜੀ, ਔਰ ਜੋ ਹਮਾਰੇ ਕੋ ਇੱਜ਼ਤ ਦੀ ਹੈ, ਅੱਲਾ ਇਨਕੋ ਇੱਜ਼ਤ ਬਖਸ਼ੇ, ਹਮਾਰੇ ਕੋ ਵੀ ਇੱਜ਼ਤ ਬਖਸ਼ੇ ਜੀ। ਬਹੁਤ ਮਿਹਰਬਾਨੀ, ਅੱਲਾ ਪਾਕ ਆਪ ਕੀ ਨਸੀਬ ਕਰੇ, ਖੈਰ ਸਲਾਮ ਲੈ ਜੀ। ਖਾਓ ਜੀ, ਇਹ ਮੱਝਾਂ ਵਿਖਾ ਦੇਣੀ ਹੈ ਜਨਾਬ, ਰੋਣਕ ਦੀ ਵੀਡੀਓ ਵੀ ਇਨਸ਼ਾਅੱਲਾ ਭਰਾਵਾਂ ਨੂੰ ਵਿਖਾਵਾਂਗੇ। ਇਹ ਜਨਾਬ ਮਿੰਨੀ ਮੱਝ ਲਗਾਈ ਸੀ ਡੇਲੀ, ਇਹ ਚੈੱਕ ਕਰ ਲੈਣੀ ਮੇਰੇ ਭਰਾਵਾਂ, ਉਹੀ ਚੀਜ਼ ਹੈ। ਇਸ ਮੱਝ ਦੀ ਵੀਡੀਓ ਨਹੀਂ ਲੱਗੀ, ਇਹ ਚੈੱਕ ਕਰੋ। ਇਹ ਬੋਲੀ ਬਿੱਲੀ ਮੱਝ ਦੀ ਵੀਡੀਓ ਲਗਾਈ ਸੀ ਮਾਸ਼ਾਅੱਲਾ। ਇਹ 3 ਮੱਝਾਂ ਰਾਣਾ ਸਾਹਿਬ ਨੇ ਖਰੀਦੀਆਂ ਜਨਾਬ, ਕਰਾਚੀ ਜਾ ਰਹੀਆਂ, ਅੱਲਾ ਪਾਕ ਇਹਨਾਂ ਦੇ ਨਸੀਬ ਕਰੇ ਜੀ। ਤੇ ਸਾਡੇ ਬੜੇ ਪਿਆਰੇ ਭਾਈ ਹਨ ਤੇ ਬੜੇ ਸਬਸਕ੍ਰਾਈਬਰ ਪੱਕੇ ਹਨ ਸਾਡੇ, ਤੇ ਪਹਿਲੀ ਦਫਾ ਰਾਬਤਾ ਹੋਇਆ ਸਾਡਾ ਤੇ ਇਹਨਾਂ ਨੇ ਜਨਾਬ 3 ਮੱਝਾਂ ਮਾਸ਼ਾਅੱਲਾ ਵੱਡੇ ਜੋੜਾਂ ਦੇ ਲਈਆਂ, ਅੱਲਾ ਪਾਕ ਇਹਨਾਂ ਦੇ ਨਸੀਬ ਕਰੇ ਤੇ ਇਨਸ਼ਾਅੱਲਾ ਸਾਰੇ ਹੀਰੇ ਦਿੱਤੇ ਨੇ ਇਹਨਾਂ ਨੂੰ। ਬੜੀ ਦੀਦ ਲਿਆਜ਼ ਨਾਲ ਔਰ ਖੁਸ਼ੀ ਨਾਲ ਕਿ ਉੱਥੇ ਜਾਵਣ ਤੇ ਪਾਕ ਪਤਨ ਐਨੀਮਲਸ ਟੀਵੀ ਦਾ ਨਾਮ ਬਣੇ। ਚਲੋ ਚਲੋ, ਦੂਸਰੀ ਮੱਝ ਵੀ ਆ ਰਹੀ।